ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਹ ਤੇ ਸੈੱਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਸਾਰਿਆਂ ਨੂੰ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਜੀ ਅੱਗੇ ਚੈਨਲ ਦਾ ਕਰੋ ਜੀ ਵਟਸਐਪ ਨੰਬਰ ਨੋਟਸ ਸਕਰੀਨ ਤੇ ਹੈ ਜੀ ਜੇ ਕਿਸੇ ਮੇਰੀ ਭੈਣ ਨੇ ਭਰਾ ਨੇ ਬਜ਼ੁਰਗ ਨੇ ਐਡ ਕਰਾਉਣੀ ਹੋਵੇ ਕਿਸੇ ਵੀ ਕੋਠੀ ਦੀ ਮਕਾਨ ਦੀ ਕਿਸੇ ਵੀ ਏਰੀਆ ਚ ਤਾਂ ਜਿਹੜਾ ਨੰਬਰ ਸਕਰੀਨ ਤੇ ਉੱਪਰ ਚੁੰਡ ਤੇ ਚੱਲ ਰਿਹਾ ਜੀ WhatsApp ਨੰਬਰ ਹੈ ਇਸੇ ਨੰਬਰ ਤੇ 10 ਤੋਂ 12 ਤੱਕ ਫੋਟੋਆਂ ਜੀ ਪੂਰੀਆਂ ਵਧੀਆ ਸਾਫ਼ 3-4 ਮਿੰਟ ਦੀ ਵੀਡੀਓ ਤੇ ਬਾਕੀ ਦੀ ਜਾਣਕਾਰੀ ਜਿੰਨੇ ਵੀ ਹੁੰਦੀ ਹੈ ਸਾਰਾ ਕੁਝ ਆਪਣੇ WhatsApp ਨੰਬਰ ਤੇ ਭੇਜ ਕੇ ਐਡ ਤੁਸੀਂ ਕਰਵਾ ਸਕਦੇ ਹੋ ਜੀ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਵੀਡੀਓ ਸਟਾਰਟ ਇਹ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਹੋ ਜੀ ਅੱਜ ਆਪਣੇ ਕੋਲੇ ਵਿਕਾਉ ਲਈ ਦੋ ਪਲਾਟ ਪਹੁੰਚੇ ਆ ਜੀ ਕਿਉਂਕਿ ਆਪਾਂ ਮਕਾਨ ਦੀ ਤੇ ਕੋਠੀ ਦੀ ਗੱਲ ਤਾਂ ਹਰ ਰੋਜ਼ ਕਰਦੇ ਆ ਜੀ ਤੇ ਆਪਣੇ ਕੋਲੇ ਨਾ ਬਹੁਤ ਸਾਰੇ ਕਮੈਂਟ ਆਏ ਸਿਗੇ ਤੇ ਕਹਿੰਦੇ ਸੀਗੇ ਕਿ ਪਲਾਟ ਲੈ ਕੇ ਆਉ ਅਸੀਂ ਕੋਠੀ ਤੇ ਮਕਾਨ ਪਾਉਣੇ ਆ ਜੀ ਤੁਹਾਡੇ ਲਈ ਲੈ ਕੇ ਆਜਾ ਤੁਹਾਡੀ ਫਰਮਾਇਸ਼ ਤੇ ਦੋ ਪਲਾਟ ਆਪਣੇ ਕੋਲੇ ਪਹੁੰਚੇ ਆ ਜੀ ਬਠਿੰਡੇ ਏਰੀਆ ਚੋਂ ਬਠਿੰਡਾ ਇਹਨਾਂ ਦਾ ਏਰੀਆ ਜੀ ਜਿੱਥੇ ਪਲਾਟ ਆ ਜੀ ਇੱਕ ਪਲਾਟ ਤਾਂ ਆਪਣੇ ਕੋਲੇ ਲਾਲ ਸਿੰਘ ਵਸਤੀ ਤੋਂ ਪਹੁੰਚਾ ਜੀ ਤੇ ਇੱਕ ਆਪਣੇ ਕੋਲੇ ਪਹੁੰਚਾ ਜੀ ਨਿਸ਼ਤਰ ਨਗਰ ਚੋਂ ਦੋ ਪਲਾਟ ਪਹੁੰਚੀ ਆ ਤੇ ਇੱਕ ਤਾਂ ਆਪਣੇ ਕੋਲੇ 130 ਗਜ ਦਾ ਪਹੁੰਚਾ ਜੀ ਤੇ ਇੱਕ ਪਹੁੰਚ ਆਪਣੇ ਕੋਲੇ 140 ਗਜ ਦਾ ਜੀ ਠੀਕ ਆ ਜੀ ਵਧੀਆ ਦੋਵੇਂ ਪਲਾਟ ਨੇ ਤੇ ਤੁਸੀਂ ਦੇਖ ਰਹੇ ਹੋ ਜੀ ਪਲਾਟ ਦੇ ਆਸੇ ਪਾਸੇ ਕੋਠੀਆਂ ਤੇ ਮਕਾਨ ਪਾਏ ਹੋਇਆ ਜੀ ਤੇ ਕਿਸੇ ਮੇਰੇ ਭਰਾ ਨੂੰ ਜਾਂ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਭੈਣ ਨੂੰ ਕੋਠੀ ਪਾਉਣੀ ਹੋਵੇ ਮਕਾਨ ਪਾਉਣਾ ਹੋਵੇ ਤਾਂ ਵਧੀਆ ਪਲਾਟ ਹੈ ਤੇਨਾਂ ਨੇ ਬਿਕਾਊ ਕਰ ਰੱਖਿਆ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਸਾਰਾ ਕੁਝ ਦਿਖ ਰਿਹਾ ਜੀ ਬਾਕੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਵਧੀਆ ਪਲਾਟ ਨੇ ਆ ਤੇ ਵਧੀਆ ਖੁੱਲੇ ਪਲਾਟ ਨੇ ਤੇ ਇਹਨਾਂ ਦੇ ਤੁਹਾਨੂੰ ਮੈਂ ਰੇਟ ਦੱਸ ਦਿੰਨਾ ਜੀ ਜਿਹੜਾ ਲਾਲ ਸਿੰਘ ਬਸਤੀ ਦੇ ਵਿੱਚ ਪਲਾਟ ਹੈ ਜੀ ਉਹ ਤਾਂ 5500 ਪਰ ਗੱਜ ਰੇਟ 'ਚ ਹੈ ਤੇ ਜਿਹੜਾ ਦੂਜਾ ਜੀ ਨਿਸ਼ਚਤਰ ਨਗਰ ਚੋਂ ਉਹ ਹੈ ਜੀ 9500 ਪਰ ਗੱਜ ਦੋਵਾਂ ਦਾ ਰੇਟ ਤੁਹਾਨੂੰ ਮੈਂ ਦੱਸਤਾ ਬਠਿੰਡੇ ਚਾਹਾ ਪਲਾਟ ਹੈ 79 ਨਗਰ ਚ ਲਾਲ ਸਿੰਘ ਵਸਤੀ ਚ ਤੇ ਮਾਲਕ ਨੇ ਨੰਬਰ ਦਿੱਤੇ ਆ ਜੀ 2 ਤੇ ਨੰਬਰ ਕਰੋ ਜੀ ਨੋਟ 880020 ਕਾਰਡ 0B ਦੂਜਾ ਨੰਬਰ ਆ ਜੀ 94646 030 43 ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਤੇ ਜਾ ਕੇ ਦੇਖ ਸਕਦੇ ਹੋ ਜੀ ਤੇ ਜਾ ਕੇ ਦੇਖ ਕੇ ਤੇ ਪਲਾਟ ਦੀ ਡੀਲ ਕਰ ਸਕਦੇ ਹੋ ਜੀ ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਹੈ ਨਹੀਂ ਰਜਿਸਟਰੀ ਵਾਲੀ ਥਾਂ ਜੀ ਸਿੱਧੀ ਤੁਹਾਡੇ ਨਾਮ ਤੇ ਰਜਿਸਟਰੀ ਹੋ ਜੂਗੀ ਬਾਕੀ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਤੁਸੀਂ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਕਮੈਂਟਾਂ ਦੀ ਗੱਲ ਸਾਰੇ ਆਪਾਂ ਕਮੈਂਟ ਪੜ੍ਹਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਆਪਣੇ ਕੋਲੇ ਸਰੀਨਾ ਸੰਧੂ ਦਾ ਕਮੈਂਟ ਪਹੁੰਚਿਆ ਹੈ ਕਹਿੰਦੇ ਆ ਕਿਸ ਸ਼ਹਿਰ ਵਿੱਚ ਹੈ ਆ ਸ਼ਹਿਰ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਸ਼ਾਇਦ ਆ ਜਲੰਧਰ ਏਰੀਏ ਚੋਂ ਹੈ ਜੀ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਕੀਤਾ ਜੇਜੀਬੀ ਦੀ ਕੋਠੀ ਹੈ ਜੀ ਤੇ ਬਾਕੀ ਕਨਫਰਮ ਕਰ ਲਓ ਵੀਡੀਓ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਜੀ ਸੁਰਿੰਦਰ ਸਿੰਘ ਕਹਿੰਦੇ ਆ ਜਗ੍ਹਾ ਕਿਤਨੀ ਹੈ ਆ ਜਗ੍ਹਾ ਤਾਂ ਇਹਨਾਂ ਨੇ ਦੱਸਿਆ ਨਹੀਂ ਸ਼ਾਇਦ ਜੀ ਬਾਕੀ ਜੇ ਦੱਸਿਆ ਤਾਂ ਵੀਡੀਓ ਦੇ ਵਿੱਚ ਹੋਊਗਾ ਤੁਸੀਂ ਚੈੱਕ ਕਰ ਲਓ ਬਾਕੀ ਮਾਲਕ ਦਾ ਨੰਬਰ ਦਿੱਤਾ ਜੀ ਸਕਰੀਨ ਤੇ ਵੀਡੀਓ ਦੇ ਅੰਦਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਨਫਰਮ ਕਰ ਲਓ ਜੀ ਜੱਸੀ ਕੋਰ ਕਹਿੰਦੇ ਨਾਈਸ ਵੀਰ ਜੀ ਬਹੁਤ ਬਹੁਤ ਧੰਨਵਾਦ ਨੀਰਜ ਕਹਿੰਦੇ ਅੱਗੇ ਸਰ ਪ੍ਰੋਪਰ ਲੋਕੇਸ਼ਨ ਡਿਸਟ੍ਰਿਕਟ ਵੀ ਸ਼ੋਅ ਕਰਿਆ ਕਰੋ ਆ ਸਾਰਾ ਕੁਝ ਦੱਸਿਆ ਹੁੰਦਾ ਭਾਜੀ ਅੰਦਰ ਜੀ ਡਿਸਟ੍ਰਿਕਟ ਵੀ ਦੱਸੀ ਹੁੰਦੀ ਹੈ ਜੀ ਤੇ ਇਹਨਾਂ ਦਾ ਪਿੰਡ ਵੀ ਦੱਸਿਆ ਹੁੰਦਾ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰ ਲਿਆ ਕਰੋ ਤੇ ਤੁਹਾਨੂੰ ਮੈਪ ਤੇ ਸਿੱਧੀ ਲੋਕੇਸ਼ਨ ਸੈਂਡ ਕਰ ਦੇਣਗੇ ਕਿੱਥੇ ਕੋਠੀ ਹੈ ਜੀ ਤੇ ਅਰਚਨਾ ਗਰਗ ਕਹਿੰਦੇ ਆ ਜੀ 올ਡ ਹੈ ਹਾਂਜੀ ਹੈ ਤਾਂ ਪੁਰਾਣੀ ਜੀ ਪਰ ਵਧੀਆ ਕੋਠੀ ਹੈ ਜੀ ਤੇ ਅਨਿਲ ਕਹਿੰਦੇ ਅਗੀ ਵੇਰੀ ਨਾਈਸ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਕਹਿੰਦੇ ਆ ਰੂਪਨਗਰ ਵਿੱਚ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਆਵਾਂਗੇ ਸਾਈਲ ਕਹਿੰਦੇ ਅੱਗੇ ਮੁਹਾਲੀ ਦੇ ਨੇੜੇ ਕੋਈ ਕੋਠੀ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਜਲਦੀ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਫੌਜੀ ਸਾਹਿਬ ਕਹਿੰਦੇ ਆ ਨਮਾ ਸ਼ਹਿਰ ਚ ਦੱਸੋ ਜੀ ਆ ਜਲਦੀ ਜੀ ਕੋਈ ਗੱਲ ਨਹੀਂ ਜਲਦੀ ਤੁਹਾਡੇ ਲਈ ਵੀਡੀਓ ਆਊਗੀ ਤੁਸੀਂ ਚੈੱਕ ਕਰ ਲਓ ਜੀ ਅਮਰਜੀਤ ਕੌਰ ਕਹਿੰਦੇ ਵੈਰੀ ਨਾਈਸ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਸੁਖਮਿੰਦਰ ਕੌਰ ਕਹਿੰਦੇ ਵੀਰ ਜੀ ਨਮਸਕਾਰ ਕੋਠੀ ਬਹੁਤ ਸੁੰਦਰ ਹੈ ਗੜਸ਼ੰਕਰ ਹੋ ਤੂੰ ਬਤਾਨਾ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਤੁਹਾਡੇ ਲਈ ਗੜਸ਼ੰਕਰ ਤੋਂ ਕੋਠੀ ਲੈ ਕੇ ਆਵਾਂਗੇ ਜੀ ਬਸ ਤੁਸੀਂ ਵੇਟ ਕਰੋ ਜੀ ਥੋੜਾ ਜਾਂ ਤੇ ਤੁਹਾਨੂੰ ਦੱਸ ਦਾਂਗੇ ਤੇ ਮੀਨੂ ਬਾਲਾ ਕਹਿੰਦੇ ਆ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਚੁੰਨੀਕਲਾਂ ਓ ਠੀਕ ਹੈ ਜੀ ਕੱਲ ਤੁਸੀਂ ਕਮੈਂਟ ਕੀਤਾ ਸੀਗਾ ਤੇ ਤੁਹਾਨੂੰ ਮੈਂ ਪੁੱਛਿਆ ਸੀਗਾ ਚੁੰਨੀਕਲਾਂ ਕਿਹੜੇ ਏਰੀਆ ਚ ਪੈ ਜਾਂਦਾ ਤੇ ਤੁਸੀਂ ਕੱਲ੍ਹ ਵਾਲੇ ਕਮੈਂਟ ਦਾ ਰਿਪਲਾਈ ਕੀਤਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਤੁਹਾਡੇ ਲਈ ਮੀਨੂ ਜੀ ਲੱਭ ਕੇ ਲਿਆਉਣਾ ਜੀ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੀ ਚੁੰਨੀ ਕਲਾਂ ਦੇ ਨੇੜੇ ਤੇੜੀ ਕੋਈ ਕੋਠੀ ਜਾਂ ਮਕਾਨ ਤੇ ਜਲਦੀ ਆਪਾਂ ਐਡ ਕਰਦਾ ਤੁਸੀਂ ਚੈੱਕ ਕਰ ਲੋ ਜੀ இந்து ਕਹਿੰਦੇ ਨਾਈਸ ਬਹੁਤ ਬਹੁਤ ਧੰਨਵਾਦ ਜੀ ਤੇ ਇੰਡੀਅਨ ਕਹਿੰਦੇ ਆ ਸਚਿੰਦ ਸ਼ਰਮਾ ਗੁਬੈਤੋਂ ਆ ਵੈਰੀ ਨਾਈਸ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਵਧੀਆ ਲੱਗਿਆ ਜੀ ਸਾਰੇ ਕਮੈਂਟ ਹੀ ਪੜ ਕੇ ਤੇ ਬਹੁਤ ਸੋਹਣੇ ਕਮੈਂਟ ਕਰਦੋਂ ਜੀ ਸੱਚੀ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਰੇ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਤੇ ਮੇਰੇ ਵੱਡੇ ਬਜ਼ੁਰਗਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਦੇ ਹੋ ਜੀ ਬਹੁਤ-ਬਹੁਤ ਧੰਨਵਾਦ ਜੀ ਬਾਕੀ ਜਿੰਨੇ ਵੀ ਕਮੈਂਟ ਰਹਿ ਗਈ ਕੱਲ ਨੂੰ ਪੜਾਂਗੇ ਆਪਾਂ ਤੇ ਜਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਹੁਣ ਤੇ ਠੀਕ ਹੈ ਜੀ ਮਿਲਦੇ ਆਂ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਤੇ ਪਲਾਟ ਦੇ ਨਾਲ ਜੀ ਤੇ ਜੁੜੇ ਰਹੋ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਹੋਮ ਸੇਲ ਮਾਰਕੀਟ ਦੀ ਨਾਲ ਜੀ ਹੋ ਸਕੇ ਤਾਂ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣਾ ਖਾਤਰ ਜੀ